ਪ੍ਰੇਕਾਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਮੈਂ ਹਾਂ ਰਪਿੰਦਰ ਕੌਰ ਅੱਜ ਅਸੀਂ ਇੱਕ ਅਜਿਹੇ ਅਹਿਮ ਮੁੱਦੇ ਬਾਰੇ ਇੱਕ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਈ ਵਾਰ ਸਾਡੇ ਨਾਲ ਸਾਡੀ ਜ਼ਿੰਦਗੀ ਵਿੱਚ ਜਾਂ ਫਿਰ ਸਾਡੇ ਆਲੇ ਦੁਆਲੇ ਵਾਪਰਦਾ ਹੈ ਪਰ ਅਸੀਂ ਚੁੱਪ ਕਰ ਜਾਂਦੇ ਹਾਂ ਉਸ ਨੂੰ ਇਗਨੋਰ ਕਰ ਦਿਆਂ ਉਸ ਨੂੰ ਦਬਾਣ ਵਿੱਚ ਹੀ ਬਿਹਤਰੀ ਸਮਝਦੇ ਹਾਂ ਜੀ ਹਾਂ ਵਿਸ਼ਾ ਹੈ ਸੈਕਸ਼ੂਅਲ ਅਸੌਲਟ ਦਾ ਤੇ ਅਸੀਂ ਮੁੱਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਿੱਖ ਅਵੇਅਰਨੈਸ ਸੁਸਾਇਟੀ ਦੇ ਨੁਮਾਇੰਦੇ ਭਾਈ ਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡਾ ਪੀਟੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਗੱਲ ਕੀਤੀ ਕਿ ਮੁੱਦਾ ਇੱਕ ਬਹੁਤ ਅਹਿਮ ਹੈ ਤੇ ਸਮੇਂ ਦੀ ਮੰਗ ਹੋ ਚੁੱਕੀ ਹੈ ਕਿ ਉਸ ਬਾਰੇ ਗੱਲ ਕੀਤੀ ਜਾਵੇ ਕਿਉਂਕਿ ਦਿਨ ਬਤਨ ਅਸੀਂ ਡਾਟਾ ਵੇਖ ਰਿਹਾ ਕਿ ਰਾਈਜ਼ ਹੁੰਦਾ ਜਾ ਰਿਹਾ ਸੈਕਸ਼ੂਅਲ ਅਸੌਲਟ ਕੇਸਿਸ ਵਿੱਚ ਜੀ ਤੁਸੀਂ ਤੁਹਾਡੀ ਆਰਗੇਨਾਈਜੇਸ਼ਨ ਅਸਲੀ ਕੰਮ ਕਰ ਰਹੀ ਹੈ ਅਸੀਂ ਹੋਰ ਵੀ ਸਿੱਖ ਜਥੇਬੰਦੀਆਂ ਮਿਕੀਆਂ ਜੋ ਜ਼ਿਆਦਾਤਰ ਰਿਲੀਜੀਅਸ ਅਵੇਅਰਨੈਸ ਲਈ ਲੰਗਰ ਲਈ ਜਾਂ ਹੋਰ ਕਮਾਲੀ ਅੱਗੇ ਆਉਂਦੀਆਂ ਪਰ ਸੈਕਸ਼ੂਅਲ ਅਸੌਰਟ ਲਈ ਅਵੇਅਰਨੈਸ ਲੱਕਿਆਣਾ ਸੈਮੀਨਾਰਸ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਤੁਸੀਂ ਇਹਦੇ ਨਾਲ ਕਦੋਂ ਤੋਂ ਜੁੜੇ ਅਸੀਂ 97 ਦੇ ਵਿੱਚ ਇਹ ਕਲੋਕਿਊਮ ਦੇ ਵਿੱਚ ਆਈਸੀਸੀ ਕਵਨ ਸੋਸਾਇਟੀ ਉਦੋਂ ਵੀ ਸਾਡੇ ਉੱਥੇ ਯੂਕੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਪੈ ਗਈ ਸੀ ਕਿ ਸਾਡੇ ਬੱਚੀਆਂ ਤੇ ਕਾਫੀ ਅਟੈਕ ਹੋ ਰਿਆ ਸੀਗਾ ਤੇ ਜਦੋਂ ਅਸੀਂ ਫੇ ਇਹ ਇੱਕ ਦੋ ਸਾਡੇ ਕੋਲ ਕੇਸ ਆਏ ਕਿਉਂਕਿ ਸਾਡੀ ਪਹਿਲੀ ਲੈਂਗੁਏਜ ਉੱਤੇ ਇੰਗਲਿਸ਼ ਸੀ ਜੀ ਤੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਬੱਚੀਆਂ ਦੇ ਨਾਲ ਜਾਂ ਪੇਰੈਂਟਸ ਦੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰੋ ਕਿ ਜਿਹੜੀ ਉਹਨਾਂ ਨੂੰ ਸਮਝ ਆ ਜਾਵੇ ਉਦੋਂ ਅਸੀਂ ਉਹ ਦੇਖਿਆ ਸਾਰਾ ਕੁਝ ਕੇਸ ਬਹੁਤ ਗੰਭੀਰ ਜਿਹਾ ਕੇਸ ਸੀਗਾ ਕਾਫੀ ਔਖਾ ਕੇਸ ਸੀਗਾ ਉਦੋਂ ਬਾਅਦ ਉਹ ਕੇਸ ਅਸੀਂ ਕਰਕੇ ਤੇ ਫੇਰ ਅਸੀਂ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ ਵੀ ਜਿੱਦਾਂ ਦੇ ਜਥਬੰਦੀਆਂ ਬਹੁਤ ਆ ਕੋਈ 1984 ਤੇ ਹਿਊਮਨ ਰਾਈਟਸ ਤੇ ਕੋਈ ਹੋਰ ਸੇਵਾ ਸੇਵਾ ਚੱਲ ਰਹੀ ਹੈ ਪਰ ਇਧਰ ਨੂੰ ਕੋਈ ਸੈਕਸ਼ੂਅਲ ਅਬਿਊਜ਼ ਦੀ ਕੋਈ ਨਹੀਂ ਗੱਲ ਕਰ ਰਿਆ ਤੇ ਇੱਕ ਹੈ ਬਹੁਤ ਵੱਡੀ ਪ੍ਰੋਬਲਮ ਆ ਜੇ ਸਭ ਨਾਲ ਸਾਨੂੰ ਉਹ ਦੱਸਤੀ ਸੀਗੀ ਤੇ ਅਸੀਂ ਫਿਰ ਉਦੋਂ ਇੱਕ ਨਿੱਕੇ ਪੰਜਾ ਸਿੰਘਾਂ ਨੇ ਇਕੱਠੇ ਹੋ ਕੇ ਤੇ ਨਿੱਕੇ ਏਰੀਆ ਵਿੱਚ ਖੋਲੀ ਸੀ ਵੀ ਆਪਾਂ ਜਿਹੜੇ ਲੋਕਲ ਗੁਰਦੁਆਰਾ ਉੱਥੇ ਜਾ ਕੇ ਵੇਅਰਨੈਸ ਦਈਏ ਤੇ ਉਹ ਪਹਿਲੋਂ ਹੀ ਪ੍ਰੋਬਲਮ ਪੈ ਗਈ ਕਿ ਓਕੇ ਕਈ ਹੁਣ ਸੁਣਨ ਨੂੰ ਤਿਆਰ ਨਹੀਂ ਹੁੰਦੇ ਇਦਾਂ ਦੀ ਗੱਲ ਹੌਲੀ 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 ਵੱਧਦੀ ਵੱਧਦੀ ਯੂਕੇ ਵਾਈਡ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਫੇ ਆਪਣੀ ਜਿਹੜੀ ਜੇ ਮੈਂ ਨਾਂ ਲੈ ਸਕਦਾ ਆਪਣਾ ਵਰਲਡ ਰੈਨਾਉਂਡ ਟੀਵੀ ਜਿਹੜਾ ਸਟੇਸ਼ਨ ਆ ਬੀਬੀਸੀ ਆ ਉਹਨਾਂ ਨੇ ਸਾਨੂੰ ਪੂਰਾ ਸਾਲ ਫਾਲੋ ਕੀਤਾ ਸਾਡੇ ਕੰਮ ਦੇ ਸਾਡਾ ਕੰਮ ਕਵਰ ਕੀਤਾ ਤੇ ਉਹ 2013 ਵਿੱਚ ਜਦੋਂ ਆਈ ਉਹਦੋਂ ਫੇ ਜਾਦਾ ਹੀ ਇੱਕ ਭੰਬੜ ਮਚ ਗਿਆ ਤੇ ਫੇ ਜਿਹੜੀਆਂ ਕਹ ਲੋ ਕਿ ਬੱਚੀਆਂ ਜਿਹੜੇ ਨਹੀਂ ਵੀ ਸੀ ਆਪਾਂ ਨੂੰ ਜਾਣਦੇ ਉਹ ਵੀ ਸਾਨੂੰ ਆਪਣੇ ਆਪਣੀਆਂ ਸਾਖੀਆਂ ਦੱਸਣ ਲੱਗ ਪਏ ਦੇ ਇਥੇ ਕੈਨੇਡਾ ਵਿੱਚ ਆਪਾਂ ਕੈਨੇਡਾ ਦੀ ਧਰਤੀ ਤੇ ਬੈਠੇ ਤੇ ਇਥੋਂ ਸਾਨੂੰ ਪਿਛਲੇ 2 ਸਾਲਾਂ ਤਾਈ ਕੋ ਕਰੀਬਨ 71 ਕੇਸ ਆ ਚੱਕੇ ਆ ਸੈਕਸ਼ੂਅਲ ਅਸੌਲਡਰ ਜਦੋਂ ਅਸੀਂ ਗੱਲ ਕਰਦੇ ਆ ਇਹ ਪ੍ਰੋਬਲਮ ਕਿਸੇ ਇੱਕ ਕੰਟਰੀ ਦੀ ਜਾਂ ਕਿਸੇ ਇੱਕ ਵਰਗ ਦੀ ਨਹੀਂ ਹੈਗੀ ਇਹ ਇੱਕ ਡਿਜ਼ੀਜ਼ ਦੇ ਵਾਂਗ ਫੈਲ ਰਹੀ ਹੈ ਹੁਣ ਦੀ ਨਹੀਂ ਹੈ ਨਹੀਂ ਹੈਗੀ ਕਾਫੀ ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਈ ਵਾਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਓਵਰ ਪ੍ਰੋਟੈਕਟਿਵ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਸਹੀ ਜਾਂ ਗਲਤ ਦਾ ਫਰਕ ਨਹੀਂ ਦੱਸ ਸਕਦੇ ਇਹ ਇਹ ਵੀ ਇੱਕ ਬਹੁਤ ਵੱਡੀ ਕਹੋ ਕਿ ਪ੍ਰੋਬਲਮ ਆ ਕਿ ਜਿਸ ਸਬਜੈਕਟ ਦੇ ਉੱਤੇ ਤੁਹਾਨੂੰ ਕੋਈ ਅਵੇਅਰਨੈਸ ਹੈ ਨਹੀਂ ਉਹਨੂੰ ਟੈਕਲ ਕਿੱਦਾਂ ਕਰ ਸਕਦੇ ਆ ਜੇ ਸਬਜੈਕਟ ਤੇ ਤੁਹਾਨੂੰ ਨੌਲੇਜ ਹੈ ਨਹੀਂ ਤੇ ਤੁਸੀਂ ਉਹਨੂੰ ਸਮਝ ਕਿੱਦਾਂ ਸਕਦੇ ਆ ਤੇ ਜਦੋਂ ਆਪਾਂ ਇਸ ਸਪੈਸ਼ਲੀ ਆਪਣੀ ਕਹੋ ਕਿ ਏਸ਼ੀਅਨ ਕਮਿਊਨਿਟੀ ਵਿੱਚ ਪੰਜਾਬੀ ਕਮਿਊਨਿਟੀ ਵਿੱਚ ਜਦੋਂ ਆਪਾਂ ði ਵੈਰੀ ਵਰਡ ਸੈਕਸ ਨੂੰ ਆਪਾਂ ਯੂਜ਼ ਕਰਦੇ ਹਾਂ ਨਾ ਉਸੇ ਵੇਲੇ ਪੁਟ ਆਫ ਹੋ ਜਾਂਦੇ ਆ ਜੀ ਤੇ ਹੁਣ ਵੈਸਟਰਨ ਸਕੂਲਾਂ ਵਿੱਚ ਤੇ ਫ্রম ਅ ਵੈਰੀ ਯੰਗ ਏਜ ਉਹ ਦੱਸਦੇ ਆ ਤੁਹਾਨੂੰ ਕਿ ਵਾਟ ਇਜ਼ ਰਾਈਟ ਵਾਟ ਇਜ਼ ਰੋਂਗ ਪਰ ਸਾਡੇ ਕਹਿੰਦੇ ਆ ਕਿ ਜੇ ਆਪਾਂ ਇਸ ਚੀਜ਼ ਦੀ ਗੱਲ ਕਰਾਂਗੇ ਤੇ ਸ਼ਾਇਦ ਸਾਡਾ ਧਿਆਨ ਉਧਰ ਨੂੰ ਨਾ ਜਾਵੇ ਤੇ ਜਦੋਂ ਅਸੀਂ ਜੇਲਾਂ ਵਿੱਚ ਜਾਂਦੇ ਆ ਇਹ ਜਿਹੜੇ ਪੀਡੋਫਾਇਲ ਆ ਉਹਦੇ ਨਾਲ ਆਪਾਂ ਇੰਟਰਵਿਊ ਕਰਦੇ ਆ ਜਿੱਦਾਂ ਆਪਾਂ ਜਿੰ ਇੰਟਰਵਿਊ ਕਰ ਰਹੇ ਆ ਤੇ ਸਾਡਾ ਇੱਕ ਬਹੁਤ ਇੱਕ ਪੁਆਇੰਟਡ ਕੁਐਸਚਨ ਹੁੰਦਾ ਕਿ what is your easiest target ਤੁਹਾਡਾ ਸਭ ਤੋਂ इजीਸਟ ਟਾਰਗੇਟ ਕੌਣ ਹੁੰਦਾ ਤਾਂ ਤੁਸੀਂ ਕਿੱਦਾਂ ਸੋਚਦੇ ਆ ਵੀ ਉਹ इजी ਟਾਰਗੇਟ ਆ ਤੇ ਉਹਨਾਂ ਦਾ ਜਵਾਬ ਇਹ ਹੀ ਹੁੰਦਾ 9 ਟਾਈਮਸ ਆ ਰੋ 10 ਕਿ ਜਿਸ ਬੱਚੇ ਨੂੰ ਕੱਖ ਨਹੀਂ ਪਤਾ ਹੂੰ ਉਹ ਸਾਡਾ ਨੈਕਸਟ ਵਿਕਟਮ ਹੈ ਯਾਨੀ ਬੇਸਿਕਲੀ ਅਵੇਅਰਨੈਸ ਜੇ ਨਹੀਂ ਹੈ ਤਾਂ ਹੀ ਫਿਰ ਇੱਕ ਵਾਇਰਸ ਦੀ ਤਰ੍ਹਾਂ ਇਹ ਡਿਜ਼ੀਜ਼ ਹੈ ਠੀਕ ਹੈ ਬਿਕੋਜ਼ ਇੱਕ ਹੁੰਦਾ ਗੁੱਡ ਟੱਚ ਬੈਡ ਟੱਚ ਹੁਣ ਇੱਕ ਮੈਂ ਮੋਢੇ ਤੇ ਹੱਥ ਲਾਉਣਾ ਤੇ ਉਹ ਪਿਆਰ ਦੇ ਨਾਲ ਆਪਾਂ ਲਾ ਸਕਦੇ ਹਾਂ ਇੱਕ ਹੁਣ ਮੋਢੇ ਦੇ ਹੱਥ ਲਾ ਕੇ ਤੇ ਥੋੜਾ ਉਹਨੂੰ ਸਕਵੀਜ਼ ਕਰਨਾ ਬੱਚੇ ਨੂੰ ਡੀ ਸੈਂਸਸਾਈਜ਼ ਕਰਨਾ ਹੌਲੀ ਹੌਲੀ ਅੱਜ ਇੱਥੇ ਹੱਥ ਲਾਇਆ ਹੌਲੀ 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 ਤੇ ਜੇ ਬੱਚੇ ਨੂੰ ਪਤਾ ਹੀ ਨਹੀਂ ਇਹ ਗਲਤ ਹੈ ਤੇ ਹਾਂ ਸਿਸਟਮ ਰੋਂਗ ਹੈ ਉਹ ਕਿੱਦਾਂ ਤੁਹਾਨੂੰ ਨਾ ਕਹਿ ਸਕਦਾ ਜਾਂ ਹਨ ਸੋ ਇਹ ਜਿਹੜੀ এডਿਕੇਸ਼ਨ ਆ ਇਹ ਇਹ ਤੇ ਇਹ ਇੱਕ ਜ਼ਰੂਰੀ ਆ ਤੇ ਈਵਨ ਆਪਣੇ ਗੁਰੂ ਸਾਹਿਬਾਨ ਥਾਂ ਥਾਂ ਤੇ ਗੁਰਬਾਣੀ ਰਾਹੀਂ ਮਹਾਰਜ ਕਹਿੰਦੇ ਜਾਗ ਲਹਿਰੇ ਮਨਾ ਜਾਗ ਲਹਿ ਹ ਕਹਾ ਗਾਫਲ ਸੋਇਆ ਸਿੱਖ ਜਾਗ ਉੱਠੋ ਜਾਗੋ ਦੇਖੋ ਆਸੇ ਪਾਸੇ ਕੋਈ ਵੀ ਸਬਜੈਕਟ ਐਸਾ ਨਹੀਂ ਹੋਣਾ ਚਾਹੀਦਾ ਜਿੱਤੇ ਆਪਾਂ ਨਹੀਂ ਡਿਸਕਸ ਕਰ ਸਕਦੇ ਮੈਂ ਆਪਾਂ ਆਰਮ ਸਟੇਜਾਂ ਤੋਂ ਵਰਲਡ ਵਾਈਡ ਸਟੇਜਾਂ ਤੋਂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਅਸੀਂ ਇਹ ਕਹਿਨੇ ਹੁੰਦੇ ਆ ਕਿ ਜ ਜਿੰਨੀਆਂ ਵੀ ਈਸਟਰਨ ਰਿਲੀਜੀਨਾਂ ਆ ਆ ਉਹ ਪੰਜ ਚੋਰਾ ਤੋਂ ਗੱਲ ਕਰਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਵੀ ਪੰਜਾਂ ਚੋਰਾ ਦੀ ਗੱਲ ਆਉਂਦੀ ਕਾਮ ਤੋਂ ਸ਼ੁਰੂ ਹੁੰਦਾ ਹੁਣ ਅਸੀਂ ਇਸ ਪ੍ਰਚਾਰਕ ਵੀ ਟੇਕ ਦੇ ਈਜ਼ੀ ਰੋਡ ਕਿ ਅਸੀਂ ਲੋਭ ਦੀ ਵੀ ਗੱਲ ਕਰਨੀ ਮੋਹ ਦੀ ਵੀ ਗੱਲ ਕਰਨੀ ਹੰਕਾਰ ਦੀ ਵੀ ਗੱਲ ਲੈਣੀ ਆ ਲਾਲਚ ਦੀ ਵੀ ਗੱਲ ਲੈਣੀ ਆ ਪਰ ਕਾਮ ਦੀ ਕਿਸੇ ਕਿਸ ਨੇ ਸਟੇਜ ਤੋਂ ਨਹੀਂ ਨਹੀਂ ਕਰਨੀ ਸਹੀ ਗੱਲ ਐਂਡ ਵੀ ਫਾਈਂਡ ਦੱਟ ਟੈਬੂ ਇਸ਼ੂ ਪਰ ਜਿੰਨਾ ਚਿਰ ਆਪਾਂ ਉਸ ਨੂੰ ਚੀਜ਼ ਨੂੰ ਟੈਕਲ ਨਹੀਂ ਕਰਦੇ ਕਿਉਂਕਿ ਸ਼ੁਰੂ ਸਾਰਾ ਉਸ ਡਿਜ਼ਾਇਰ ਤੋਂ ਹੁੰਦਾ ਜਦੋਂ ਉਹ ਡਿਜ਼ਾਇਰ ਨਹੀਂ ਪੂਰਾ ਹੁੰਦਾ ਉੱਥੇ ਕ੍ਰੋਧ ਪੈਦਾ ਹੁੰਦਾ ਕ੍ਰੋਧ ਪੈਦਾ ਹੁੰਦਾ ਗਾਂ ਦੀ ਗਾਂ ਹੀ ਇਹ ਚੱਕਰ ਚੱਲਦਾ ਪਰ ਜੇ ਆਪਾਂ ਆਪਣੀ ਬਿਲਡਿੰਗ ਬਲੌਗ بیس ਨੂੰ ਨਹੀਂ ਜਾਣਦੇ ਤੇ ਜਦੋਂ ਹੁਣ ਬੱਚੇ ਦੇ 13 14 15 ਸਾਲ ਦਾ ਬੱਚਾ ਹੁੰਦਾ ਇਹ ਧਰਮ ਨੂੰ ਇੱਕ ਪਾਸੇ ਰੱਖ ਕੇ ਐਟ ਦਿ ਐਂਡ ਆਪਾਂ ਹਿਊਮਨ ਬੀਇੰਗਸ ਹਾਂ ਤੇ ਇਹ ਡਿਜ਼ਾਇਰ ਹਰ ਇੱਕ ਬੱਚੇ ਵਿੱਚ ਆਉਣਾ ਧਰਮੀ ਅਧਰਮੀ ਜਿਹੜੇ ਮਰਜੀ ਕਲਚਰ ਵਿੱਚ ਹੋਏ ਤੇ ਜੇ ਆਪਾਂ ਦੱਸਿਆ ਹੀ ਨਹੀਂ ਜਾਂ ਦੱਸ ਹੀ ਨਹੀਂ ਸਕਿਆ ਆਪਣੇ ਬੱਚੇ ਨੂੰ ਕਿ ਜਦੋਂ ਇਹ ਡਿਜ਼ਾਇਰ ਆਉਣਾ ਇਹਨੂੰ ਕਿੱਦਾਂ ਕਾਬੂ ਕਰਨਾ ਕਿੱਦਾਂ ਕੰਟਰੋਲ ਕਰਨਾ ਕਿਹੜੀਆਂ ਕਿਹੜੀਆਂ ਡੇਂਜਰਸ ਸਾਈਨ ਟੂ ਵਾਚ ਆਊਟ ਫੋਰ ਫਿਰ ਬੱਚਾ ਮੋਰ ਲਾਈਕਲੀ ਵਿਲ ਬੀ ਇਨ ਟ੍ਰਬਲ ਹੁਣ ਕੱਲ ਅਸੀਂ ਇੱਕ ਨਗਰਗੀਤਨ ਤੇ ਸੀਗੇ ਮਾਲਟਨ ਦਾ ਨਗਰਗੀਤਨ ਰੈਕਸ ਡੇਲ ਤੋਂ ਤਾਂ ਮੇਰਾ ਖਿਆਲ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਸੀ ਤੇ ਇੱਕ ਨੌਜਵਾਨ ਨੇ ਸਾਨੂੰ ਆਣ ਕੇ ਮੈਂ ਅਖਾ ਕੋ 32 ਸਾਲ ਦਾ ਹੋਊਗਾ ਨੌਜਵਾਨ ਬੱਚੀ ਤੇ 33 ਸਾਲ ਦਾ ਤੇ ਇੱਕ ਮਿੰਟ ਦੇ ਵਿੱਚ ਫਤਫਤੇ ਤੇ ਦੂਜੇ ਮਿੰਟ ਦੇ ਵਿੱਚ ਕਹਿੰਦਾ ਆਈ ਵਾਸ ਆਲਸੋ ਅਬਿਊਜ਼ਡ ਸੋ ਏਟ ਲੀਸਟ ਉਹਨੂੰ ਇਹ ਨਾ ਸੀਗਾ ਕਿ ਹੀ ਹੈਡ ਦਾ ਕੰਫੀਡੈਂਸ ਕਿ ਮੈਂ ਭਾਈ ਸਾਹਿਬ ਉਹਨਾਂ ਨਾਲ ਗੱਲ ਕਰ ਦਵਾਂਗੇ ਵੀ ਸ਼ੁੱਡ ਕ੍ਰੀਏਟ ਥੈਟ ਪਲੈਟਫਾਰਮ ਕਿ ਜਿੱਥੇ ਬੱਚਾ ਕੰਫੀਡੈਂਟਲੀ ਕਿਸੇ ਨੂੰ ਦੱਸ ਸਕਦਾ ਕਿ ਮੇਰੀ ਆਹ ਪ੍ਰੋਬਲਮ ਆ ਜਿੱਥੇ ਉਹ ਜੇ ਆਪਣੇ ਘਰ ਦੇ ਵਿੱਚ ਨਹੀਂ ਦੱਸ ਸਕਦਾ ਜੇ ਆਪਣੇ ਸਕੂਲ ਦੇ ਵਿੱਚ ਨਹੀਂ ਦੱਸ ਸਕਦਾ ਆਪਣੇ ਕੋਈ ਐਵੇਨਿਊ ਹੋਵੇ ਜਿੱਥੇ ਬੱਚਾ ਆਪਣੇ ਇੱਕ ਟਰਸਟਡ ਅਡਲਟ ਨੂੰ ਆਪਣੇ ਦੱਸ ਸਕਦਾ ਜਦੋਂ ਉਹ ਦੱਸੂਗਾ ਉਸੇ ਵੇਲੇ ਉਹਦੀ ਪ੍ਰੋਬਲਮ ਖਤਮ ਹੋ ਜਾਣੀ ਆ ਪਲੈਟਫਾਰਮ ਜਿਵੇਂ ਤੁਸੀਂ ਕਿਹਾ ਪਲੈਟਫਾਰਮ ਤੁਸੀਂ ਇੱਕ ਇਨੀਸ਼ੀਏਟਿਵ ਲਿਆ ਪਲੈਟਫਾਰਮ ਬਣਾਇਆ ਹੈ ਲੋਕ ਆ ਵੀ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਪਰ ਕਈ ਵਾਰ ਅਸੀਂ ਇਹ ਵੀ ਦੇਖਿਆ ਹੈ ਕਈ ਫੈਮਲੀਆਂ ਵਿੱਚ ਜਦੋਂ ਬੱਚਾ ਇਸ ਬਾਰੇ ਆਵਾਜ਼ ਚੱਕਦਾ ਤੇ ਉਹਨੂੰ ਉੱਥੇ ਹੀ ਦਬਾ ਦਿੱਤਾ ਜਾਂਦਾ ਹੈ ਕਿ ਨਹੀਂ ਇਸ ਬਾਰੇ ਗੱਲ ਨਹੀਂ ਕਰਨੀ ਵੱਡਿਆਂ ਦੇ ਅੱਗੇ ਗੱਲ ਨਹੀਂ ਕਰਨੀ ਕਿਸੇ ਨੂੰ ਨਾ ਨਹੀਂ ਕਹਿਣੀ ਜਦੋਂ ਬੱਚਾ ਇਹ ਸਿੱਖ ਲੈਂਦਾ ਹੈ ਕਿ ਕਿਸੇ ਨੂੰ ਨਾ ਨਹੀਂ ਕਹਿਣੀ ਹਾਊ ਵਿਲ ਹੀ ਲਰਨ ਟੂ ਸੇ ਨੋ ਆਹ ਹੈ ਗੱਲ ਕਿ ਤੁਸੀਂ ਇੱਕ ਬਹੁਤ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜਦੋਂ ਆਪਣੇ ਘਰ ਬੱਚੇ ਵੀ ਆਪਣੇ ਕੋਈ ਰਿਸ਼ਤੇਦਾਰ ਵੀ ਆਉਂਦਾ ਤੇ ਆਪਾਂ ਆਪਾਂ ਗੁੱਸਾ ਮੰਨਦੇ ਆ ਜੇ ਬੱਚਾ ਉਹਨੂੰ ਜੱਫੀ ਪਾ ਕੇ ਨਹੀਂ ਮਿਲਦਾ ਆਪਾਂ ਨੂੰ ਬੱਚੇ ਨੂੰ ਇਹ ਦੱਸਣਾ ਸਿਖਾਉਣਾ ਚਾਹੀਦਾ ਇਫ ਯੂ ਫੀਲ ਕੰਫਰਟेबल देन ਓਨਲੀ ਡੂ ਇਟ ਦੈਨ ਡੂ ਇਟ ਹੈਨਾ ਕਿ ਬੱਚੇ ਨੂੰ ਕੰਫੀਡੈਂਸ ਪਹਿਲੇ ਦਿਨ ਤੋਂ ਉਹਦੀ ਬਾਉਂਡਰੀਜ਼ ਉਹਨੂੰ ਆਪੇ ਉਹਨੂੰ ਸੈਟ ਅਪ ਉਹ ਕਰੇ ਆਪਣੇ ਇੰਟਰਨਲੀ ਕਿ ਵਾੜੀਜ਼ ਰਾਈਟ ਐਂਡ ਵਾੜੀਜ਼ ਰੌਂਗ ਹੈਨਾ ਜਦੋਂ ਆਪਾਂ ਬੱਚੇ ਨੂੰ ਕਹਿੰਦੇ ਤੁਸੀਂ ਮੋਰੇ ਬੋਲ ਨਹੀਂ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਤੁਸੀਂ ਉਸ ਵੇਲੇ ਜਿਹੜੀ 5 ਸਾਲ ਦੀ 4 ਸਾਲ ਦੇ ਵਿੱਚ ਉਹਦੀ ਜ਼ੁਬਾਨ ਜਿਹੜੀ ਆ ਦਬਾ ਦਿੱਤੀ ਆ ਉਦੋਂ ਬਾਅਦ ਉਹ 15 16 ਸਾਲ ਤੱਕ ਤੁਸੀਂ ਕੰਟਰੋਲ ਕਰ ਲਵੋਗੇ ਉਸ ਤੋਂ ਬਾਅਦ ਨਹੀਂ ਕੰਟਰੋਲ ਹੋਣੀ ਤੇ ਆਹੀ ਪ੍ਰੋਬਲਮ ਜਿੱਦਾਂ ਹੋਣ ਇੱਥੇ ਅਸੀਂ ਕੇਸ ਇੱਥੇ ਆਏ ਅਸੀਂ ਇੱਕ ਕੇਸ ਦੇ ਟ੍ਰੋਪੋ ਵਿੱਚ ਸਾਨੂੰ 3 ਸਾਲ ਹੋ ਗਿਆ ਉਹ ਬੱਚੀ ਨੇ ਸਾਨੂੰ ਫੇਸਬੁੱਕ ਵਟਸਐਪ ਰਾਹੀਂ ਕੰਟੈਕਟ ਕੀਤਾ ਸੀਗਾ ਤੇ ਉਹਦਾ ਅਬਿਊਜ਼ ਜਿਹੜਾ ਸੀ ਨਾ 6 ਸਾਲ ਤੋਂ ਹੁੰਦਾ ਸੀ ਅਰਲੀਸ ਮੈਮਰੀ ਉਹਦੇ ਬਾਪ ਉਹਦਾ ਉਹਦਾ ਬਾਪ ਕਰਦਾ ਸੀ ਤੇ ਉਹਦਾ ਬਾਪ ਦਾ ਜਿਹੜਾ ਰੈਪਿਟੇਸ਼ਨ ਸੀ ਬਾਹਰ ਸੀ ਬੜਾ ਸਟਰੋਂਗ ਸੀ ਰੈਪਿਟੇਸ਼ਨ ਬੜਾ ਹੈਲਥੀ ਰਿਪਿਟੇਸ਼ਨ ਸੀਗਾ ਕਿ ਬੜਾ ਬੰਦਾ ਚੰਗਾ ਆ ਕਿਸੇ ਨੂੰ ਲੋਡ ਪੈਂਦੀ ਆ ਬੰਦਾ ਚੱਟ ਮਦਦ ਕਰਦਾ ਪਰ ਘਰ ਦੇ ਵਿੱਚ ਉਹਦਾ ਸਿਸਟਮ ਹੋਰ ਸੀ ਤੇ ਉਹ 14 ਸਾਲ ਤੱਕ ਤੇ ਉਹ ਬੱਚੀ ਨੂੰ ਵੀਜ ਦਾ ਪੈ ਐਜੂਕੇਸ਼ਨ ਦੀ ਗੱਲ ਕਰਦੇ ਆ ਈਵਨ ਥੋ ਇਟ ਫੈਲਟ ਰੀਲੀ ਬੈਡ ਇਟ ਫੈਲਟ ਅਗਲੀ ਜਨੋ ਹੱਥ ਲਾਉਂਦਾ ਸੀ ਪਰ ਪਰ ਸ਼ਾਇਦ ਬੱਚੀ ਨੇ ਕਿਤੇ ਨਾ ਕਿਤੇ ਮੰਨ ਲਿਆ ਸੀ ਕਿ ਸ਼ਾਇਦ ਉਹ ਤੇ ਕੁੜੀ ਦਾ ਇਹੀ ਰਿਲੇਸ਼ਨ ਹੈਗਾ ਇਹ ਬਾਪ ਨੇ ਉਹਨੂੰ ਕਿਹਾ ਹੂੰ ਉਹਦੇ ਦਿਮਾਗ ਉਹਦੇ ਕੀੜਾ ਭਰ ਦਿੱਤਾ ਦਿਮਾਗ ਦੇ ਚ ਵੀ ਹਰ ਬੱਚੀ ਹਰ ਬਿਆਪ ਬਾਪ ਦਾ ਬੇਟੀ ਦਾ ਰਿਸ਼ਤਾ ਆ ਆ ਤੇ ਉਹ 14 ਸਾਲ ਤੱਕ ਭਾਵੇਂ ਉਹ ਨਹੀਂ ਸੀ ਉਹ ਚੰਗਾ ਲੱਗਦਾ ਜਾਂ ਫ੍ਰੀਜ਼ ਹੋ ਜਾਂਦੀ ਸੀ ਜਾਂ ਮੈਂਟਲੀ ਹੋਰ ਜ਼ੋਨ ਦੇ ਚਲ ਜਾਂਦੀ ਸੀ ਉਹਨੂੰ ਹੁੰਦਾ ਸੀ ਪਰ ਜਦੋਂ 14 ਸਾਲ ਦੀ ਹੋਈ ਸਕੂਲੇ ਗਈ ਪਹਿਲੀ ਵਾਰੀ ਕਿਤੇ ਲੈਸਨ ਸੁਣਿਆ ਜਿਹੜਾ 10 ਮਿੰਟ ਦਾ ਰਾਹ ਸੀ ਘਰੋਂ ਉਨ ਦੋ ਘੰਟੇ ਸਕੂਲੋਂ ਨਾ ਆਵੇ। ਫੇ ਉਹਨੇ ਆਪਣੀ ਮਿੱਤਰ ਨੂੰ ਦੱਸਿਆ ਉਹ ਉਹਨੇ ਆਪਣੀ ਮਾਂ ਨੂੰ ਦੱਸਿਆ ਗਾਂ ਗੱਲ ਵਧੀ ਜਦੋਂ ਘਰ ਗੱਲ ਆਈ। ਉੱਥੇ ਮੰਨ ਗਿਆ। ਵੀ ਉੱਥੇ ਉਹਨਾਂ ਦੇ ਸਾਹਮਣੇ ਨਹੀਂ ਮੰਨੇ ਪਰ ਆਪਣੇ ਪਰਿਵਾਰਕ ਤੌਰ ਤੇ ਮੰਨ ਗਿਆ। ਹਾਂਜੀ। ਕਿ ਆ ਮੇਕੋ ਗਲਤੀਆਂ ਹੋਈਆਂ ਮੈਂ ਆ ਇਹ ਉਹ ਕੋਈ ਐਕਸਕਿਊਜ਼ ਮਾਰਿਆ। ਤੇ ਹੁਣ ਬੱਚਾ 15 ਸਾਲ ਦਾ 16 ਸਾਲ ਦਾ ਹੋ ਕੇ ਘਰੋਂ ਭੱਜ ਗਿਆ। ਉਹ ਉਸ ਚੀਜ਼ ਨੂੰ ਸਪਰੈਸ ਕਰਨ ਨੂੰ ਆਪਣੇ ਡਰੱਗਸ ਅਲਕੋਹਲ ਉਹ ਚੀਜ਼ ਨੂੰ ਫੀਲਿੰਗਸ ਨੂੰ ਸਪਰੈਸ ਕਰਨ ਨੂੰ ਹੁਣ ਆਪਾਂ ਕਦੀ ਕਦੀ ਸੋਚਦੇ ਆ ਬੱਚੇ 16 17 ਸਾਲ ਦੇ ਡਰੱਗਸ ਕਰਦੇ ਆ 18 ਸਾਲ ਦੇ ਪੀਂਦੇ ਆ ਪਰ ਉਹਦੇ ਪਿੱਛੇ ਇੱਕ ਕਾਰਨ ਹੈ ਉਹ ਕਾਰਨ ਕੀ ਹੈ ਕਿ ਕਿਹੜੀ ਚੀਜ਼ ਨੂੰ ਉਹ ਸਪਰੈਸ ਕਰ ਰਿਹਾ ਆ ਕੋਈ ਕਾਰਨ ਛੋਟਾ ਵੀ ਹੋ ਸਕਦਾ ਵੱਡਾ ਵੀ ਹੋ ਸਕਦਾ ਹੈ ਨਾ ਸੋ ਇਸੇ ਤਰ੍ਹਾਂ ਕਈ ਸਾਲ ਲੰਘ ਗਏ ਬੱਚੀ ਦੇ ਵੀ ਸਪੋਰਟ ਨਹੀਂ ਸੀ ਕਿਤੇ ਮਿਲਦੀ ਕਿ ਮੈਂ ਕਿਹਦੇ ਕੋਲ ਗੱਲ ਕਰਾਂ ਮੈਂ ਕਿਹਨੂੰ ਦੱਸਾਂ ਮੇਰਾ ਮੇਰਾ ਕਿਹੜੀ ਮੇਰੀ ਗੱਲ ਸੁਣੂਗਾ ਤੇ ਅਸੀਂ 2016 ਵਿੱਚ ਅਸੀਂ ਫੇਰ ਕੇਸ ਇਹ ਇੱਥੇ ਪੁਲਿਸ ਸਟੇਸ਼ਨ ਦੇ ਬ੍ਰੈਂਟਨ ਦੇ ਚ ਲੈ ਕੇ ਗਏ ਸੀ ਤੇ ਉਸ ਤੋਂ ਬਾਅਦ ਉਹ ਕੇਸ ਸ਼ੁਰੂ ਹੋਇਆ ਤੇ ਜਨਵਰੀ ਵਿੱਚ ਕੇਸ ਫਿਨਿਸ਼ ਹੋਇਆ ਸੀ ਤੇ ਚਾਰ ਅਕਾਊਂਟਸ ਦੇ ਉਹਨੂੰ ਕਹ ਲਓ ਗਿਲਟੀ ਦਾ ਓਕੇ ਗਿਲਟੀ ਉਹਨੂੰ ਉਹਨੂੰ ਮੰਨਿਆਗਾ ਕੋਰਟ ਰਾਹੀਂ ਤੇ ਹੁਣ ਉਹਦੀ ਸੈਂਟੈਂਸਿੰਗ ਹੋਣੀ ਸੀਗੀ ਵੀ ਕਿੰਨਾ ਕਿੰਨੀ ਕਿ ਸਜ਼ਾ ਹੋਣੀ ਚਾਹੀਦੀ ਆ ਤੇ ਫਾਈਟ ਇੰਨੀ ਆ ਕਿ ਬੱਚੀ ਆ ਮਾਂ ਨੂੰ ਵੀ ਪਤਾ ਭੈਣ ਭਰਾਵਾਂ ਨੂੰ ਵੀ ਪਤਾ ਪਰ ਸਾਰੇ ਬਾਪ ਦੀ ਬਟ ਜਿੰਨੇ ਵੀ ਆ ਉਹ ਆਪਣੀ ਇੱਜ਼ਤ ਆਨਰ ਪ੍ਰੋਟੈਕਟ ਕਰਨ ਨੂੰ ਕੋਰਟ ਦੇ ਵਿੱਚ ਤੇ ਬੱਚੀ ਇਕੱਲੀ ਆ ਸੋ ਇਦਾਂ ਦਾ ਜਦੋਂ ਤੁਸੀਂ ਇਹ ਜੰਗ ਲੜਦੇ ਆ ਕਾਫੀ ਸਟਰੋਂਗ ਹੋ ਕੇ ਲੜਨਾ ਪੈਂਦਾ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਐਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਫਿਲਹਾਲ ਲੈਨੇ ਆ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸਿੱਖ ਅਵੇਅਰਨੈਸ ਸੁਸਾਇਟੀ ਦੇ ਨੂੰਮਾਈ ਦੇ ਭਾਈ ਮੋਹਨ ਸਿੰਘ ਜੀ ਦੇ ਨਾਲ ਅਮ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕਈ ਵਾਰੀ ਪਰਿਵਾਰ ਇੱਕ ਜਿਹਦੇ ਨਾਲ ਅਸੌਲਟ ਹੋ ਰਿਹਾ ਉਹਦੀ ਮਦਦ ਨਹੀਂ ਕਰ ਰਿਹਾ ਪਰ ਜੋ ਇੱਕ ਪ੍ਰੇਡੇਟਰ ਹੈ ਉਹਨੂੰ ਹੀ ਸਪੋਰਟ ਕਰੀ ਜਾ ਰਿਹਾ ਹੈ ਜਦੋਂ ਬੱਚੇ 'ਚ ਅਸੀਂ ਦੇਖਦੇ ਹਾਂ ਕਿ ਬੱਚਾ ਇੱਕ ਅਸੌਲਡ ਦਾ ਸ਼ਿਕਾਰ ਹੋ ਰਿਹਾ ਕਿਸ ਤਰ੍ਹਾਂ ਦੇ ਸਾਈਨਸ ਹੁੰਦੇ ਨੇ ਜਿਸ ਤੋਂ ਅਸੀਂ ਸ਼ਾਇਦ ਕੋਈ ਮਾਂ ਜਾਂ ਬਾਪ ਇਜਜ ਜਜ ਕਰਨਾ ਚਾਹੁੰਦੇ ਹੋਂ ਤੱਕ ਕਰ ਸਕਣ ਉਹਨੂੰ ਅਸੀਂ ਰੈਡ ਫਲੈਗਸ ਕਹਿੰਦੇ ਹੁੰਦੇ ਆ ਤੇ ਮੋਟੇ-ਮੋਟੇ ਜਿਹੜੇ ਸਾਈਨਸ ਹੁੰਦੇ ਆ ਕਿਤੇ ਵੀ ਬੱਚੀ ਦੀ ਜ਼ਿੰਦਗੀ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਕੋਈ ਤਬਦੀਲੀ ਆਵੇ ਜਿਵੇਂ ਬੱਚਾ ਪਹਿਲਾਂ ਤੁਹਾਡੇ ਨਾਲ ਬਹਿ ਕੇ ਸਾਰਾ ਕੁਝ ਖਾਂਦਾ ਪੀਂਦਾ ਤੇ ਹੁਣ ਇੱਕਦਮ ਉਹਨੇ ਖਾਣਾ ਪੀਣਾ ਛੱਡ ਦਿੱਤਾ ਕੀ ਕਾਰਨ ਆ ਕਿ ਉਹਦਾ ਸਰੀਰਕ ਤੌਰ ਤੇ ਉਹ ਆਪਣਾ ਭਾਰ ਘਟਾ ਰਿਹਾ ਜਾਂ ਘਟਾਰੀ ਆ ਜਾਂ ਬਾਹਰੋਂ ਕੋਈ ਬੁੱਲਿੰਗ ਹੋ ਰਹੀ ਆ ਜਾਂ ਕੋਈ ਘਰ ਦੇ ਵਿੱਚ ਕੋਈ ਰੋਂਗ ਚੀਜ਼ ਹੋ ਰਹੀ ਆ ਜਿਹੜਾ ਬੱਚਾ ਆਪਣੇ ਆਪ ਨੂੰ ਅੰਦਰ ਹੋਈ ਜਾਂਦਾ ਤੇ ਉਹਨੂੰ ਭੁੱਖ ਵੀ ਨਹੀਂ ਲੱਗਦੀ ਸੋ ਜਦੋਂ ਵੀ ਮਾੜੀ ਜੀ ਵੀ ਤਬਦੀਲੀ ਆ ਜਾਵੇ ਜਿੱਦਾਂ ਕੋਈ ਬੱਚਾ ਸਕੂਲੇ ਭੱਜਾ ਜਾਂਦਾ ਤੇ ਹੁਣ ਏਕਸਕਿਊਜ਼ ਬਣਾਉਂਦਾ ਕਿ ਮੈਂ ਸਕੂਲੇ ਨਹੀਂ ਜਾਣਾ ਜਾਂ ਕੋਈ ਬੱਚਾ ਤੁਹਾਡੇ ਨਾਲ ਪਹਿਲੋਂ ਤੁਹਾਡੇ ਨਾਲ ਬੜਾ ਹਸਾਬ ਨਾਲ ਬੋਲਦਾ ਤੇ ਹੁਣ ਤੁਹਾਡੇ ਨਾਲ ਜਦੋਂ ਤੁਸੀਂ ਕੋਈ ਪੁੱਛਦੇ ਆਂ ਤੇ ਅਗਰੈਸਿਵ ਹੁੰਦਾ ਉਹ ਸਾਡਾ ਉਹ ਜ਼ਬਾਨ ਰਾਹੀ ਜਦੋਂ ਇਦਾਂ ਦਾ ਟਰੌਮਰ ਹੁੰਦਾ ਹਨਾ ਜ਼ਬਾਨ ਰਾਹੀ ਦੱਸਣਾ ਬੱਚੇ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਭਾਈ ਜਿਹੜਾ ਸਰੀਰਕ ਤੌਰ ਤੇ ਆ ਉਹ ਸਰੀਰ ਤੁਹਾਨੂੰ ਦੱਸ ਦਿੰਦਾ ਕਿ ਬੱਚੇ ਦੇ ਵਿੱਚ ਹੁਣ ਕੋਈ ਨਾ ਕੋਈ ਤਬਦੀਲੀ ਆਈ ਕੋਈ ਕਾਰਨ ਦੇ ਨਾਲ ਇਹ ਆਈ ਆ ਕਿਉਂਕਿ ਲੈਂਗੁਏਜ ਤੋਂ ਪਹਿਲਾਂ ਜ਼ਬਾਨ ਤੋਂ ਪਹਿਲਾਂ ਜਿਹੜੀ ਸਹੀ ਲੈਂਗੁਏਜ ਸੀ ਉਹ ਸਾਈਨ ਲੈਂਗੁਏਜ ਸੀ ਆਪਣੇ ਪ੍ਰਾਣੀ ਪ੍ਰਾਣੀ ਜਦੋਂ ਪਹਿਲੋਂ ਮਨੁੱਖਤਾ ਸ਼ੁਰੂ ਹੋਇਆ ਸੋ ਇਹ ਇਨਹੇਰੈਂਟ ਆ ਆਪਣੇ ਵਿੱਚ ਕਿ ਜਦੋਂ ਆਪਣੀ ਜ਼ਬਾਨ ਬੰਦ ਹੁਣੀ ਆ ਸਰੀਰਕ ਤੌਰ ਤੇ ਆਪਾਂ ਨੂੰ ਉਹ ਮੈਸੇਜ ਮਿਲ ਜਾਣੇ ਜਿੱਦਾਂ ਹੁਣ ਆਪਾਂ ਕੋਈ ਬੱਚੀ ਬੈਠੀ ਆ ਅੱਗੇ ਬੜੇ ਸੋਹਣੇ ਆਪਾਂ ਟੈਲੀਵਿਜ਼ਨ ਦੇਖਦੇ ਇਕੱਠੇ ਬਹਿ ਕੇ ਤੇ ਇੱਕ ਦਿਨ ਉਹ ਜੱਫੀ ਵੀ ਪਾਉਣੀ ਆ ਹੁਣ ਜਦੋਂ ਤੁਸੀਂ ਜੱਫੀ ਪਾਉਣ ਲੱਗਦੇ ਹੋ ਤਾਂ ਉਹ ਬੱਚਾ ਪਾਣਾ ਹੁੰਦਾ ਜਾਂ ਜੇ ਕੋ ਬਾਲਾ ਬੰਦਾ ਤੁਹਾਡਾ ਕੋ ਰਿਸ਼ਤੇਦਾਰ ਬੱਚੀ ਤੇ ਅਟੈਕ ਕਰਦਾ ਅੱਗੇ ਬੱਚੀ ਜਦੋਂ ਕੋਈ ਆਉਂਦੇ ਆ ਤੇ ਉਹ ਰੂਮ ਦੇ ਚ ਬੈਠੀ ਆ ਤੁਹਾਡੇ ਨਾਲ ਹੁਣ ਜਦੋਂ ਉਹ ਪਾਰਟਿਕੂਲਰ ਬੰਦਾ ਆਉਂਦਾ ਤੇ ਬੱਚੀ ਆਪਣੇ ਰੂਮ ਦੇ ਚ ਭੱਜ ਜਾਂਦੀ ਆ ਉਹਦੇ ਲੱਗ ਗਈ ਨਹੀਂ ਬਹਿਣਾ ਚਾਹੁੰਦੀ ਉੱਥੇ ਤੁਹਾਨੂੰ ਉਹੀ ਉਹ ਉਹ ਅਵੇਰਨ ਸੁਣੀ ਚਾਹੀਦੀ ਇਹਨਾਂ ਚੀਜ਼ਾਂ ਦੀ ਕਿ ਹਾਂ ਬਈ ਸਮਥਿੰਗ ਇਜ਼ ਸਮਥਿੰਗ ਇਜ਼ ਹੈਪਨਿੰਗ ਜੇ ਤੁਹਾਡੇ ਘਰੋਂ ਤੁਸੀਂ 4-5 ਜੀ ਹਾਂ ਤੇ ਕਰੋ ਚੋਰੀ ਹੋ ਰਹੀ ਕੋਈ ਚੀਜ਼ ਦੀ ਹੂੰ ਕਿਉਂ ਕਰ ਰਹਿ ਕਾ ਤੋਂ ਹੋ ਰਹੀ ਆ ਕਿਨੂੰ ਉਹ ਚੌਕੇ ਦੇ ਰਿਹਾ ਆ ਕੌਣ ਕਰਾ ਰਿਹਾ ਇਹ ਸਾਰੇ ਰੈਡ ਫਲੈਗਸ ਆ ਤੇ ਇਹ ਕਰੀਬਨ ਅਸੀਂ ਕੱਲੋ 10 ਹਫ਼ਤਿਆਂ ਦਾ ਕੋਰਸ ਸ਼ੁਰੂ ਕੀਤਾ ਇੱਕ ਆ ਯੂਕੇ ਵਿੱਚ ਤਾਂ ਬਹੁਤ ਪੌਪੂਲਰ ਹੋਇਆ ਸੁਖੀ ਬਸੇ ਮੋਰੋ ਪਰਵਾਰਾ ਤੇ 10 ਹਫ਼ਤਿਆਂ ਦੇ 45 ਮਿੰਟ ਦੇ ਸੈਸ਼ਨ ਆ ਜਿਹਦੇ ਵਿੱਚ A ਤੋਂ Z ਆ ਸਾਰਾ ਕੁਝ ਕਵਰ ਆ ਤੇ ਮਾਪਿਆਂ ਨੇ ਵੀ ਕਿਵੇਂ ਗੱਲ ਕਰਨੀ ਆ ਬੱਚਿਆਂ ਦੇ ਨਾਲ ਜਦੋਂ ਡਿਸਕਲੋਜ਼ਰ ਹੋ ਜਾਂਦਾ ਜਦੋਂ ਪਤਾ ਲੱਗਦਾ ਬੇਸਿਕਲੀ ਪੇਰੈਂਟਿੰਗ ਕੋਰਸ ਹੈ ਇਟਸ ਅ ਪੇਰੈਂਟਿੰਗ ਕੋਰਸ ਐਂਡ ਆਲਸੋ ਆਪਣੇ ਛੇਕਲ ਜਿੱਦਾਂ 9 9ਵਾਂ ਤੇ 10ਵਾਂ ਜਿਹੜਾ ਸੈਸ਼ਨ ਉਹ ਸਾਰਾ ਇੰਟਰਨੈਟ ਤੇ ਆ ਕਿਉਂਕਿ ਐਸ ਵੇਲੇ ਜਿਹੜੀ ਗਰੂਮਿੰਗ ਜਿਹੜੀ ਹੋ ਰਹੀ ਆ 67% ਵਰਲਡਵਾਈਡ ਵਾਇਡ ਦਾ ਨੈਟ ਹੋ ਰਹੀ ਆ ਆ ਸਨੈਪਚੈਟ ਹੋਇਆ ਇੰਸਟਾਗ੍ਰਾਮ ਹੋਇਆ ਜਿੱਥੇ 12 12 13 13 ਸਾਲ ਦੀਆਂ ਬੱਚੀਆਂ ਆਪਣੀਆਂ ਫੋਟੋਆਂ ਭੇਜੀਆਂ ਜਾਂਦੀਆਂ ਬਾਅਦ ਫਿਰ ਬਲੈਕਮੇਲ ਹੋਣ ਲੱਪੈਂਦੀਆਂ ਕਈ ਕੁੱਸ ਹੁੰਦਾ ਹੈ ਨਾ ਸੋ ਉਹਨਾਂ ਨੂੰ ਉਹ ਦੋ ਦੋ ਲੈਸਨ ਤਾਂ ਪੂਰੇ ਇੰਟਰਨੈਟ ਤੇ ਇੰਟਰਨੈਟ ਸੇਫਟੀ ਦੇ ਉਹਨੂੰ ਆਪਣੇ ਹਰ ਗੈਜਟ ਨੂੰ ਕਿੱਦਾਂ ਸੇਫ ਕਰਨਾ ਬੱਚਿਆਂ ਨੂੰ ਕਿਵੇਂ ਦੱਸਣਾ ਕਿ ਕਿਵੇਂ ਚਲਾਉਣਾ ਆਪ ਵੀ ਜਾਣਨਾ ਤੇ ਸਾਰਾ ਕੁਝ ਤੇ ਬਾਕੀ ਜਿਹੜੇ ਪਹਿਲੇ 8 ਆ ਉਹ ਕਾਫੀ ਇੰਟੈਂਸ ਆ ਵੀ 45 ਮਿੰਟ ਦਾ ਸੈਸ਼ਨ ਤਾਂ ਦੇਈਦਾ ਕਿ ਤੁਸੀਂ ਸਿੱਖ ਕੇ ਇੱਕ ਵੀਕ ਉਸ ਨੂੰ ਅਪਲਾਈ ਕਰੋ ਮੁੜ ਕੇ ਫੇ ਤੁਸੀਂ ਉਹਦਾ ਫੀਡਬੈਕ ਲੈਣਾ ਫੇ ਮੁੜ ਕੇ ਨੈਕਸਟ 45 ਮਿੰਟ ਸੈਸ਼ਨ ਸੋ ਇਹ ਜਿਹੜੇ ਰੈੱਡ ਫਲੈਗਸ ਆ ਇਹ ਇਹ ਸਾਰੇ ਉਹਦੇ ਵਿੱਚ ਬਹੁਤ ਡੁੰਗਿਆਈ ਦੇ ਵਿੱਚ ਕਵਰ ਕੀਤੇ ਹੋਏ ਆ ਇਹ ਕਿਵੇਂ ਹੈ ਬੰਦਿਆਂ ਨੂੰ ਆਪਾਂ ਖਿਆਲ ਰੱਖਣਾ ਉਹਨਾਂ ਦੇ ਸਾਈਨ ਕਿਹੜੇ ਹੁੰਦੇ ਆ ਜਿੱਦਾਂ ਹੁਣ ਇਦਾਂ ਲਾ ਲਓ ਹਿਸਾਬ ਲਾ ਲਓ ਤੁਸੀਂ ਕਿ ਇੱਕ ਬੰਦਾ ਆਪਣੇ ਨਿਆਣਿਆਂ ਤੇ ਤੋਂ ਖਿਆਲ ਰੱਖਦਾ ਨਹੀਂ ਪਰ ਦੂਜੇ ਦਾ ਜ਼ਿਆਦਾ ਰੱਖਦਾ ਤੁਹਾਡੇ ਨਿਆਣੇ ਦੇ ਜਦੋਂ ਤੁਸੀਂ ਕਹਿੰਦੇ ਆ ਕਿ ਮੈਨੂੰ ਆਹ ਲੋਡ ਚਾਹੀਦੀ ਆ ਜਾਂ ਮੇਰੇ ਬੱਚੇ ਨੂੰ ਸਕੂਲੇ ਛੱਡੇ ਆ ਜਾਂ ਮੇਰੇ ਬੱਚੇ ਨੂੰ ਆ ਸ਼ੌਪ ਉੱਥੇ ਭੱਜ ਜਾ ਆਉਂਦਾ ਥੈਟਸ ਅ ਵੈਰੀ ਸਟੈਂਡਿੰਗ ਆਊਟ ਸਾਈਨ ਕਿ ਆਪਣੇ ਬੱਚਿਆਂ ਦੇ ਤੱਕ ਦੀ ਕੋਈ ਟਾਈਮ ਨਹੀਂ ਦੇ ਰਿਹਾ ਤੁਹਾਡੇ ਬੱਚੇ ਦੇ ਕਿਉਂ ਟਾਈਮ ਨਹੀਂ ਆ ਜਾਂ ਜੇ ਕੋਈ ਤੁਹਾਡੇ ਘਰ ਆਉਂਦਾ ਤੁਹਾਡੇ ਨਾਲ ਘੱਟ ਬਹਿੰਦਾ ਤੇ ਤੁਹਾਡੇ ਬੱਚਿਆਂ ਦੇ ਨਾਲ ਜ਼ਿਆਦਾ ਬਹਿੰਦਾ ਸਮਥਿੰਗ ਮਾਈਟ ਬੀ ਨਥਿੰਗ ਬਟ ਮਾਈਟ ਬੀ ਸਮਥਿੰਗ ਬਿਗ ਹਣ ਹੁਣ ਜਿਵੇਂ ਪਿਛਲੇ ਪਿਛਲੇ ਸਾਲ ਅਸੀਂ ਆਈਸੀ ਸਪਟੈਂਬਰ ਦੇ ਵਿੱਚ ਤੇ ਸਕਾਬਰਾ ਵਿੱਚ ਸਾਨੂੰ ਇੱਕ ਬੱਚੀ ਮਿਲੀ ਸੀ ਤਿੰਨ ਸੱਕੀਆਂ ਭੈਣਾਂ ਤੇ ਇੱਕ ਤਾਇਏ ਦੀ ਕੁੜੀ ਚਾਰ ਉਹਨਾਂ ਦੇ ਬਾਪ ਨੇ ਕੋਈ ਪੰਜਾਬ ਤੋਂ ਗਰੀਬ ਘਰ ਦਾ ਜਿੱਦਾਂ ਉਹਨਾਂ ਦੀ ਫਰੈਂਡਸ਼ਿਪ ਸੀਗੀ ਉਹਨਾਂ ਨੇ ਬੰਦਾ ਮੰਗਾ ਲਿਆ ਉਸੇ ਬੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਰਹਿ ਕੇ ਤੇ ਚਾਰਾਂ ਬੱਚੀਆਂ ਦਾ ਅਪੂਸ ਕੀਤਾ ਹੈ ਨਾ ਸੋ ਮੈਂ ਇੱਥੇ ਕੈਨੇਡਾ ਵਿੱਚ ਮੈਨੂੰ ਇਹ ਮਹਿਸੂਸ ਹੁੰਦਾ ਜਿੱਦਾਂ ਯੂਕੇ ਦੇ ਵਿੱਚ ਬਾਹਰਲੇ ਅਟੈਕ ਬਹੁਤ ਹੋ ਰਹੇ ਆ ਜਿੱਦਾਂ ਬਾਹਰੂ ਗਰੁੱਪਸ ਬੱਚਿਆਂ ਦੇ ਅਟੈਕ ਹੋ ਰਹੇ ਬੱਚਿਆਂ ਦੇ ਅਟੈਕ ਹੋ ਰਹੇ ਮੈਂ ਇੱਥੇ ਆਪਣੇ ਕੈਨੇਡਾ ਦੀ ਧਰਤੀ ਤੇ ਜ਼ਿਆਦਾ ਮੈਂ ਦੇਖਦਾ ਕਿ ਘਰ ਦੇ ਵਿੱਚੋਂ ਅਟੈਕ ਹੋ ਰਿਹਾ ਤੇ ਫਿਰ ਜਦੋਂ ਜੇ ਹੁਣ 5 6 7 8 ਸਾਲ ਦੇ ਬੱਚੇ ਤੇ ਅਟੈਕ ਹੋ ਗਿਆ 14 15 ਸਾਲ ਤੇ 16 ਸਾਲ ਦੇ ਉਹਨੇ ਘਰੋਂ ਭੱਜਣਾ ਹੀ ਭੱਜਣਾ ਤੇ ਜਦੋਂ ਪੱਜ ਜਾਂਦਾ ਉਦੋਂ ਫੈਮਲੀ ਚਿੰਤਾ ਕਰਦੀ ਹੈ ਉਹ ਉਦੋਂ ਉਦੋਂ ਇਹਦਾ ਹੋ ਜਾਂਦੀ ਆ ਕਿ ਆਪਣੀ ਇੱਜ਼ਤ ਬਚਾਉਣ ਨੂੰ ਬੱਚਾ ਖਰਾਬ ਆ ਬੱਚਾ ਡਰੰਗੀ ਆ ਗਲਤ ਪਾਸੇ ਲੱਗ ਗਿਆ ਉਹ ਲੱਗ ਗਿਆ ਕਿਸੇ ਨੇ ਟੂਣਾ ਕਰ ਦਿੱਤਾ ਕਿਸੇ ਨੇ ਘਸ ਕਰ ਦਿੱਤਾ ਦੇ ਵਿਲ ਕਮ ਅਪ ਵਿਦ 1001 ਐਕਸਕਿਊਜ਼ਸ ਅਨਫੋਰਚਨਟਲੀ ਪਰ ਸਾਨੂੰ ਕਾਰਨ ਕੀ ਆ ਹੁਣ ਬੱਚੇ ਨੂੰ ਸਾਰਾ ਕੁਝ ਘਰੋਂ ਮਿਲਦਾ ਪਿਆਰ ਮਿਲਦਾ ਸਾਰਾ ਕੁਝ ਮਿਲਦਾ ਉਹਨੂੰ ਬਾਹਰ ਜਾਂਦੀ ਕਿ ਲੋੜੇ ਕਹਿੰਦਾ ਕੋਈ ਨਾ ਕੋਈ ਤਕਾਦ ਨਹੀਂ ਹੁੰਦਾ ਹੀ ਹੈ ਹੈਨਾ ਜੀ ਹੁਣ ਤੁਸੀਂ ਜਿਵੇਂ ਇਨੀ ਅਵੇਅਰਨੈਸ ਕਰ ਰਹੇ ਹੋ ਬਹੁਤ ਚੰਗਾ ਹੈ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ ਇੱਕ ਡਾਕੂਮੈਂਟਰੀ ਵੀ ਅਸੀਂ ਸੁਣਿਆ ਤੁਸੀਂ ਤਿਆਰ ਕਰ ਰਹੇ ਹੋ ਜੋ ਕਿ ਵਿਦ ਅਨਦਰ ਸੋਰਸ ਆਫ ਅਵੇਅਰਨੈਸ ਹਾਂਜੀ ਉਹਦੀ ਉਹ ਇੱਕ ਜਿਹੜੀ ਡਾਕੂਮੈਂਟਰੀ ਤਿਆਰ ਹੋ ਰਹੀ ਹੈ ਜਿਹੜੀ ਕਾਕੇ ਇੱਕ ਕੇਸ ਬੜਾ ਕਹੋ ਇਸ ਕੇਸ ਦੇ ਵਿੱਚ ਇਨੀ ਐਜੂਕੇਸ਼ਨ ਹੋਊਗੀ ਕਿ ਇਟਸ got every element to all different stories but it's all in one case ਤੇ ਇੱਕ ਰਿਵਨ ਘੰਟੇ ਦੀ ਆਪਾਂ ਬਣਾਉਣੀ ਆ ਜਿਹਦੇ ਚ ਤਿੰਨ ਪਾਰਟ ਹੋਣੇ 22 ਮਿੰਟ ਦੇ ਤੇ 30 ਮਿੰਟ ਦੇ ਤੇ ਇਹ ਆਪਾਂ ਕੋਸ ਟੂ ਕੋਸਟ ਕੈਨੇਡਾ ਵਿੱਚ ਦਿਖਾ ਲੈਣੀ ਆ ਕਿ ਦੇਖੋ ਜੇ ਬੱਚੇ ਆਪਣੇ ਘਰ ਦੇ ਛਕਾਰ ਬਣ ਜੋਵੇ ਤੇ ਬਾਹਰੋਂ ਕਿਵੇਂ ਸੇਫ ਹੈ ਜਦ ਘਰ ਦੇ ਵਿੱਚ ਹੀ ਸੇਫ ਨਹੀਂ ਤਾਂ ਬਾਹਰੋਂ ਕਿਵੇਂ ਦੁਨੀਆ ਨੂੰ ਫੇਸ ਕਰੇ ਇਹ ਹੈ ਨਾ ਫਿਲਮਿੰਗ 95% ਜਿਹੜੀ ਸਾਰੀ ਹੋ ਗਈ ਆ ਤੇ ਅਸੀਂ ਥੋੜੀ ਹੀ ਕਰ ਰਹੇ ਆ ਤੇ ਇਸ ਸਪਟੰਬਰ ਦੇ ਮਹੀਨੇ ਵਿੱਚ ਜਾ ਕੇ ਆਪਾਂ ਤੇ ਮੇਰਾ ਖਿਆਲ ਜਿਹੜਾ ਇੱਕ ਵਾਰੀ ਦੇਖ ਲਓ ਤੇ ਕੋਈ ਐਸਾ ਨਾ ਹੋਗਾ ਜਿਹਦੀ ਲੋਈ ਨਾ ਖੜੀ ਹੋਵੇ ਇਟਸ ਅ ਵੈਰੀ ਨਾਸਟੀ ਸਟੋਰੀ ਤੇ ਇਦਾਂ ਹੀ ਇੱਕ ਵਾਰੀ ਅਸੀਂ ਮੋਂਟਰੀਅਲ ਤੋਂ ਬਣਾ ਕੇ ਲੈ ਕੇ ਗਏ ਸੀ ਡਾਕੂਮੈਂਟਰੀ ਤੇ ਉਸ ਬੱਚੀ ਨੇ ਸਾਨੂੰ ਦੱਸਿਆ ਸੀ ਕਿ ਮੇਰੇ ਫੁੱਫੜ ਨੇ ਮੇਨਾਂ ਇਦਾਂ ਕੀਤਾ ਤੇ ਅਸੀਂ 3 ਦਿਨ ਅਸੀਂ ਇਦਾਂ ਚਲਾਉਂਦੇ ਰਹੇ ਉੱਥੇ ਆਪਣੇ ਯੂਕੇ ਦੇ ਵਿੱਚ ਚੈਨਲ ਤੇ ਤੇ ਚੌਥੇ ਦਿਨ ਅਸੀਂ ਬਹਿ ਕੇ ਜਿੱਦਾਂ ਇੱਕ ਡਿਸਕਸ਼ਨ ਆਪਾਂ ਕੀਤੀ ਵਿਦ ਸਪੈਸ਼ਲਿਸਟ ਤੇ ਓਪਨ ਟੈਲੀਫੋਨ ਲਾਈਨਸ ਤੁਸੀਂ ਇਹ ਦੇਖ ਲਿਓ ਵੀ 39 ਕੇਸ ਸਾਡੇ ਕੋਲ ਉਸ ਰਾਤ ਨੂੰ ਆਏ ਪੀਪਲ ਸੇ ਮੇਰੇ ਨਾਲ ਵੀ ਹੋਇਆ ਮੇਰੇ ਨਾਲ ਵੀ ਜਿੱਦਾਂ ਆਪਾਂ ਅੱਗੇ ਗੱਲ ਕਰਦੇ ਸੀ ਬ੍ਰੇਕ ਤੋਂ ਪਹਿਲਾਂ ਇੱਕ ਪਲੇਟਫਾਰਮ ਮਿਲ ਗਿਆ ਕਿ ਜੇ ਇਹ ਬੱਚੀ ਗੱਲ ਕਰ ਸਕਦੀ ਅਸੀਂ ਕਿਉਂ ਨਹੀਂ ਗੱਲ ਕਰ ਸਕਦੇ ਜੀ ਬਿਲਕੁਲ ਕਦੋਂ ਜਦੋਂ ਕੋਈ ਡਿਜ਼ੀਜ਼ ਹੁੰਦਾ ਹੈ ਜੇ ਕੋਲਡ ਵੀ ਹੋ ਗਿਆ ਫੀਵਰ ਵੀ ਹੋ ਗਿਆ ਸਾਨੂੰ ਪਤਾ ਹੈ ਅਸੀਂ ਡਾਕਟਰ ਕੋਲ ਜਾਣਾ ਹੈ ਅਸੀਂ ਉਹਦੀ ਇੱਕ ਦਵਾਈ ਲੈਣੀ ਹੈ ਪਰ ਇਹ ਇੱਕ ਇਸ ਤਰ੍ਹਾਂ ਦਾ ਡਿਜ਼ੀਜ਼ ਹੈ ਸ਼ਾਇਦ ਪਤਾ ਹੁੰਦਾ ਹੈ ਲੇਕਿਨ ਇੱਕ ਹੈਜ਼ਿਟੇਸ਼ਨ ਹੈਗੀ ਹੈ ਇੱਕ ਪਰਿਵਾਰ ਦੀ ਸ਼ਾਦੀ ਕਰ ਰੈਪਿਊਟੇਸ਼ਨ ਦੀ ਚਿੰਤਾ ਹੁੰਦੀ ਹੈ ਕਿ ਅਸੀਂ ਉਸ ਨੂੰ ਦਬਾ ਜਾਣੇ ਆ ਤੁਸੀਂ ਇਹਨਾਂ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਆਪਣੇ ਸਕੇਜੂਲ ਤੋਂ ਸਾਡੇ ਲਈ ਟਾਈਮ ਕੜਿਆ ਥੈਂਕ ਯੂ ਸੋ ਮੱਚ ਐਟ ਦਾ ਐਂਡ ਤੁਸੀਂ ਸਾਡੀ ਆਡੀਅנס ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋਗੇ ਖਾਸ ਮੈਸੇਜ ਇਹ ਹੈ ਕਿ ਸਪਟੈਂਬਰ ਦੇ ਵਿੱਚ ਆਪਾਂ ਇਹ ਡਾਕੂਮੈਂਟਰੀ ਸ਼ੋ ਕਰਨੀ ਆ ਤੇ ਫੇਸਬੁੱਕ ਰਾਹੀਂ ਵੀ ਆਉਣੀ ਆ ਤੇ ਆਬਵੀਅਸਲੀ ਆ ਟੈਲੀਵਿਜ਼ਨ ਸਟੇਸ਼ਨ ਤੋਂ ਵੀ ਆਪਾਂ ਲਾਵਾਂਗੇ ਤੇ ਆਪ ਵੀ ਸ਼ੇਅਰ ਵੀ ਕਰਨੀ ਦੇਖਣਾ ਵੀ ਆ ਤੇ ਉਹਦੇ ਚੋਂ ਸਿੱਖਣਾ ਵੀ ਆ ਜੀ ਕਿਉਂਕਿ ਇੱਕ ਵਾਰੀ ਬੱਚਾ ਡੈਮੇਜ ਹੋ ਗਿਆ ਹਨਾ ਇਹ ਸਟੈਟਿਸਟਿਕਸ ਆ ਵਰਲਡਵਾਈਡ ਕਿ ਯੂ ਆਰ 4 ਟਾਈਮਸ ਲਾਈਕਲੀ ਟੂ ਹਿਟ ਅ ਡਰਿੰਕਨ ਅਲਕੋਹਲ ਯੂ ਆਰ 4 ਟਾਈਮਸ ਲਾਈਕਲੀ ਟੂ ਕਮਿਟ ਸੁਸਾਈਸਾਈਡ ਯੂ ਆਰ 4 ਟਾਈਮਸ ਲਾਈਕਲੀ ਟੂ ਹਿਟ ਡਿਪਰੈਸ਼ਨ the quality of life ਜੇ ਆਪਾਂ ਬਾਅਦ ਵਿੱਚ ਬੱਚੇ ਨੂੰ ਬਚਾ ਵੀ ਲਿਆ ਪਰ the quality of life ਬੱਚੇ ਦੀ ਬਹੁਤ ਇੱਕ ਜ਼ੀਰੋ ਜਿਹੀ ਹੋ ਜਾਂਦੀ ਆ ਸੋ ਇਸ ਚੀਜ਼ ਤੇ ਆਪਾਂ ਨੂੰ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਆ ਜਿੱਥੇ ਆਪ ਦਿਸਦਾ ਉਥੇ ਖੜੇ ਹੋ ਤੇ ਜੇ ਤੁਸੀਂ ਕੋਈ ਦੇਖੀ ਚੀਜ਼ ਉਹਨੂੰ ਤੁਸੀਂ ਇੱਕਦਮ ਦੱਸੋ ਕੋਕ ਜੇ ਆਪਾਂ ਕਿ ਇਹ ਸਬਜੈਕਟ ਤੇ ਸਾਇਲੈਂਟ ਰਹਿਨੇ ਆ ਹਨਾ ਥੈਨ ਐਸ ਦੀ ਇੰਗਲਿਸ਼ ਸ਼ੁੱਡ ਸੇ ਵੀ ਆਰ ਹੈਡਿੰਗ ਇਨ ਅ ਬੈਟਿੰਗ ਦ ਪਰਪਰੇਟਰ ਫਿਰ ਅਸੀਂ ਜਿਹੜਾ ਕਰਨ ਵਾਲਾ ਹਨਾ ਉਹਦੀ ਮਦਦ ਕਰ ਰਹੇ ਜਦੋਂ ਅਸੀਂ ਚੁੱਪ ਰਹਿੰਦੇ ਆ ਜੀ ਬਿਲਕੁਲ ਥੈਂਕ ਯੂ ਸੋ ਮਚ ਇਨਫੋਰਮੇਸ਼ਨ ਸਾਡੇ ਨਾਲ ਸੇ ਜੀ ਕਰਨ ਲਈ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜੇ ਤੁਸੀਂ ਆਪਣੇ ਘਰ ਵਿੱਚ ਆਪਣੇ ਆਲੇ ਦੁਆਲੇ ਅਜਿਹਾ ਕੁਝ ਹੁੰਦਾ ਵਾਪਰਦਾ ਵੇਖਦੇ ਹੋ ਤਾਂ ਇਸ ਬਾਰੇ ਗੱਲ ਜ਼ਰੂਰ ਕਰੋ ਇਹ ਇੱਕ ਅਜਿਹਾ ਮਰਜ਼ ਹੈ ਜਿਸ ਦਾ ਜੋ ਅਸੀਂ ਕਹੀਏ ਇਲਾਜ ਹੈਗਾ ਸਿਰਫ ਗੱਲਬਾਤ ਕਰਨ ਵਿੱਚ ਹੀ ਹੈਗਾ ਫਿਲਹਾਲ ਸਾਨੂੰ دی ਹੋਈ ਇਜਾਜ਼ਤ ਅਗਲੇ ਹਫਤੇ ਮੁਲਾਕਾਤ ਹੋਏਗੀ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ